ਹਾਂਜੀ ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਪਰਮਿੰਦਰ ਸੂਦ, SGR ਹੋਸਪਿਟਲ ਕੋਟਕਪੂਰੀ ਤੋਂ। ਅੱਜ ਗੁਰੂ ਕੀ ਰਸੋਈ ਪਿੰਡ ਖੈੜ ਅਛਰਵਾਲ ਵਿਖੇ ਆ ਕੇ ਪੇਸ਼ੈਂਟਾਂ ਨੂੰ ਚੈੱਕ ਕਰਕੇ, ਜੇ ਕੋਈ ਲੋੜੀਂਦੇ ਜਿਹੜੇ ਪੇਸ਼ੈਂਟ ਸੀ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਗੁਰੂ ਕੀ ਰਸੋਈ ਦੇ ਵਿੱਚ ਆ ਕੇ ਇੱਕ ਜੋ ਅਪਣਾਤਾ, ਇੱਕ ਫੈਮਿਲੀ ਦੀ ਤਰ੍ਹਾਂ ਮਹਿਸੂਸ ਹੁੰਦਾ ਹਰ ਵੇਲੇ ਜਦੋਂ ਵੀ ਇੱਥੇ ਆਉਂਦੇ ਹਾਂ। ਇੱਕ ਸਕੂਨ ਮਿਲਦਾ। ਮੈਂ ਸਾਰੇ ਹੀ ਨਗਰ ਖੇੜੇ ਨੂੰ ਔਰ ਜਿੰਨੇ ਵੀ ਸਾਡੇ ਇਲਾਕਾ ਨਿਵਾਸੀ ਆ ਜਾਂ ਦੇਸਾਂ ਪ੍ਰਦੇਸਾਂ ਵਿੱਚ ਸਾਡੇ ਜਿੰਨੇ ਵੀ ਵੀਰ ਭਰਾ ਬੈਠੇ ਆ, ਹਰੇਕ ਨੂੰ ਮੈਂ ਤਾਂ ਇੱਕ ਅਪੀਲ ਕਰਨਾ ਚਾਹੁੰਦਾ, ਹਰੇਕ ਬੰਦਾ ਧਰਮ ਦੇ ਖਾਤਰ ਜਾਂ ਧਾਰਮਿਕ ਜਿਹੜਾ ਵੀ ਧਰਮੀ ਬੰਦਾ ਹੈਗਾ ਕੁਛ ਨਾ ਕੁਛ ਜ਼ਰੂਰ ਕਰਦਾ। ਮੈਂ ਹਮੇਸ਼ਾ ਹਰੇਕ ਬੰਦੇ ਨੂੰ ਇਹੀ ਅਪੀਲ ਕਰੂੰਗਾ ਹੱਥ ਜੋੜ ਕੇ, ਅਗਰ ਕਿਸੇ ਨੇ ਇੱਕ ਮਨੁੱਖਤਾ ਦੀ ਜੇ ਸੇਵਾ ਕਰਨੀ ਆ ਤਾਂ ਇਸ ਗੁਰੂ ਕੀ ਰਸੋਈ ਦੇ ਵਿੱਚ ਵੱਧ ਚੜ੍ਹ ਕੇ ਜਿੰਨੇ ਹੋ ਸਕੇ ਇਸ ਸੇਵਾ ਦੇ ਵਿੱਚ ਹਿੱਸਾ ਲੈਣ। ਕਿਸੇ ਤਰ੍ਹਾਂ ਦੀ ਵੀ ਸੇਵਾ ਹੋ ਸਕਦੀ ਹੈ, ਜਿਵੇਂ ਕਿ ਫਾਈਨੈਂਸ਼ਲੀ ਵੀ ਹੋ ਸਕਦੀ ਹੈ ਜਾਂ ਫਿਰ ਕੋਈ ਚੀਜ਼ਾਂ ਦੀ ਵੀ ਹੋ ਸਕਦੀ ਹੈ। ਕੁਛ ਪੇਸ਼ੈਂਟਾਂ ਨੂੰ ਸਹੂਲਤਾਂ ਜੋ ਪ੍ਰਾਪਤ ਕੀਤੀਆਂ ਜਾਣ ਜਿਹਦੇ ਨਾਲ ਕਿ ਵੱਧ ਤੋਂ ਵੱਧ ਉੱਪਰ ਇਹਨਾਂ ਜਿੰਨੇ ਵੀ ਸਾਡੇ ਫੈਮਿਲੀ ਦੇ ਮੈਂਬਰ ਹੈ, ਇਹ ਸਾਡੇ ਫੈਮਿਲੀ ਦੇ ਹੀ ਮੈਂਬਰ ਹੈ ਜਿੰਨੇ ਵੀ ਸਾਡੇ ਗੁਰੂ ਕੀ ਰਸੋਈ ਦੇ ਵਿੱਚ ਇਸ ਵੇਲੇ 70 ਤੋਂ ਉੱਪਰ ਜਿੰਨੇ ਵੀ ਪੇਸ਼ੈਂਟ ਹੈਗੇ ਆ ਜਾਂ ਜਿੰਨੇ ਵੀ ਸਾਡੇ ਇੱਥੇ ਫੈਮਿਲੀ ਮੈਂਬਰ ਹੈ। ਮੈਂ ਤਾਂ ਇਹੀ ਸਾਰਿਆਂ ਨੂੰ ਇੱਕੋ ਹੀ ਅਪੀਲ ਕਰੂੰਗਾ ਕਿ ਵੱਧ ਚੜ੍ਹ ਕੇ ਇੱਥੇ ਸੇਵਾ ਕੀਤੀ ਜਾਵੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।